Sadhguru, Sadhguru, Sadhguru,
ਇੱਕ ਧਰਮ ਦੇ ਬਦਲੇ ਮਹਾਰਾਜ ਜੀ ਨੇ ਆਪਣਾ ਸਰੀਰ ਰੂਪੀ ਭਾਂਡਾ ਭੰਨਿਆ ਔਰ ਗੁਰੂ ਕੇ ਪਿਆਰੇ ਮਹਾਨ ਸ਼ਹਾਦਤ ਦਿੱਤੀ। ਉਸੇ ਤਰ੍ਹਾਂ ਭਾਈ ਜਸਪਾਲ ਸਿੰਘ ਜੀ ਕੌਮੀ ਸ਼ਹੀਦ ਜਿਨ੍ਹਾਂ ਨੇ ਮਹਾਨ ਕੁਰਬਾਨੀ ਦਸਤਾਰ ਬਦਲੇ ਗੁਰੂ ਕੇ ਪਿਆਰੇ ਪ੍ਰਾਪਤ ਕੀਤੇ ਉਹਨਾਂ ਦੀ ਸ਼ਹਾਦਤ ਦੇ ਸੰਬੰਧ ਦੇ ਵਿੱਚ ਰੱਖੇ ਗਏ ਸ਼ਹੀਦੀ ਸਮਾਗਮ ਵਿੱਚ ਜਿਤਨੀਆਂ ਵੀ ਸੰਗਤਾਂ ਆਈਆਂ ਨੇ ਬਹੁਤ ਬਹੁਤ ਧੰਨਵਾਦ ਹੈ ਬੁਲਾਰਿਆਂ ਦਾ। ਸਿੰਘ ਸਾਹਿਬ ਜੀ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਦਾਦੋਵਾਲ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਜਨਾਲਾ, ਉਹ ਵੀ ਪਹੁੰਚ ਚੁੱਕੇ ਹਨ। ਕੁਛ ਇਹ ਸਮੇਂ ਦੇ ਵਿੱਚ ਆਪ ਸੰਗਤਾਂ ਦੇ ਰੂਪ ਹੋਣਗੇ ਔਰ ਇਸੇ ਤਰ੍ਹਾਂ ਹੀ ਭਾਈ ਪੀਰ ਮੁਹੰਮਦ ਜੀ ਵੀ ਪਹੁੰਚੇ ਹਨ। ਭਾਈ ਸੁਲੱਖਣ ਸਿੰਘ ਜੀ ਜਿਨ੍ਹਾਂ ਨੇ ਕਵਿਤਾ ਲਈ ਆਪ ਜੀ ਨੇ ਦਰਸ਼ਨ ਕੀਤੇ ਉਹਨਾਂ ਦਾ ਧੰਨਵਾਦ ਹੈ। ਆਉਣ ਵਾਲਾ ਜਥਾ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਪਰਵਾਨਾ ਇਸ ਜਥੇ ਦੇ ਨਾਲ 10 ਸਾਲ ਪਹਿਲਾਂ ਇਹਨਾਂ ਦੇ ਦਰਸ਼ਨ ਕੀਤੇ ਸੀ। ਬਹੁਤ ਸੋਹਣਾ ਕੌਮ ਦੇ ਲਈ ਇਹਨਾਂ ਦਾ ਵੱਡਾ ਯੋਗਦਾਨ ਹੈ। ਨੌਜਵਾਨਾਂ
ਸੰਸਾਰ ਵਿੱਚ ਕੂੜ ਵਾਲੇ ਦੱਸਿਆ ਕੋਈ ਵੀ ਨਾਮ ਨਿੱਜਰ ਵਰਗਾ ਬਿਨਾਂ ਗੁਣਾਂ ਤੋਂ ਕਦੇ ਗੁਲਾਮ ਜਿਹੜਾ ਬੰਦਾ ਨਿਹਲਾ ਸੁਖ ਖਲ ਵਰਗਾ ਸੀਤਲ ਨਿਰਮਲ ਸਵਸਰ ਹੈ ਬਹੁਤੇ ਸਰ ਕੋਈ ਅੰਮ੍ਰਿਤ ਸਰ ਵਰਗਾ ਜਿੱਥੋਂ ਮਿਲਦਾ ਮਾਨ ਜਮਾਲਿਆਂ ਨੂੰ ਦਰ ਕੋਈ ਨੀ ਗੁਰੂ ਨਾਨਕ ਦੇ ਦਰ ਵਰਗਾ ਪਤਕ ਪਾਵਨ ਭਗਤ ਵਚਨ ਕਿਰਪਨ ਦਾਸ ਸਭ ਕਲਾ ਸਮਰਾਟ ਕੋਟ ਬ੍ਰਹਮੰਡ ਦੇ ਮਾਲਕ ਧੰਨ ਧੰਨ ਜੋਗ ਤਰਲੋਕੀ ਨਿਵਾਸ ਸੱਚ ਜੁਗ ਜੁਗ ਅਟਲ ਸਤਿ ਸੱਚਾ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪੁਰਤ ਕੋਟ ਬੰਦਾ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਅੰਮ੍ਰਿਤ ਵੇਲੇ ਤੋਂ ਸੱਜੇ ਹੋਏ ਸੰਕੀਰਤਨ ਦਰਬਾਰ ਢਾਡੀ ਦਰਬਾਰ ਵਿੱਚ ਹਾਜ਼ਰੀਆਂ ਪਾ ਰਹੇ ਗੁਰੂ ਕੇ ਖਾਲਸਾ ਜੀ ਇੱਕ ਵਾਰ ਸਾਰੇ ਭਾਈ ਭਾਈ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਸੀ ਚਕਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਮਹਾਨ ਹਸਤੀ ਸਾਡੇ ਮਾਣਯੋਗ ਸਾਡੇ ਸਤਿਕਾਰਯੋਗ ਸਿੱਖ ਕੌਮ ਦੇ ਮਹਾਨ ਗੁਰਦੈਨ ਸਿੰਘ ਸਾਹਿਬ ਗਿਆਨੀ ਮਰੀਤ ਸਿੰਘ ਜੀ ਅਦਨਾਲਾ ਸਾਹਿਬ ਸਾਡੇ ਮਾਣਯੋਗ ਸਿੱਖ ਸਾਹਿਬਾਨ ਗਿਆਨੀ ਬਲਜੀਤ ਸਿੰਘ ਜੀ ਖਾਲਸਾ ਉਹ ਇਸ ਸ਼ਹੀਦੀ ਸਮਾਗਮ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਉਹ ਸਿੰਘਾਂ ਸਮੇਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪੁਰਤ ਗੋਦ ਅੰਦਰ ਪਹੁੰਚ ਚੁੱਕੇ ਨੇ ਇੱਕ ਵਾਰ ਉਹਨਾਂ ਨੇ ਇੱਥੇ ਆਉਣ ਦੇ ਜਕਾਰਾ ਲਾ ਦਿਓ ਸਾਰੀ ਸੰਗਤ ਸ਼ਹੀਦੋ ਕੀ ਚਕਾਓ ਪੇ ਲਗੇਗੇ ਹਰ ਬਸ ਵੇਲੇ ਬਦਲ ਪੇ ਮਰ ਕੇ ਵਾਲੋ ਕਾ ਬਾਕੀ ਜੇ ਨਿਸ਼ਾਨ ਹੋਗਾ ਜ਼ਿਆਦਾ ਮੈਂ ਲੈਕਚਰ ਨਹੀਂ ਕਰ ਸਕਦਾ ਕਿਉਂਕਿ ਆਪਣੇ ਸਮਾਂ ਸਰਵਣ ਕਰ ਲਏ 40 ਕੁ ਮਿੰਟ ਦਾ ਦਾਸ ਨੂੰ ਸਮਾਂ ਮਿਲਿਆ ਸੰਗਤ ਦੇ ਦਰਸ਼ਨ ਦੀਦਾਰ ਕਰਨਾ ਦੋ ਕਵਤਾਰਾਂ ਕਰਕੇ ਮੈਂ ਸ਼ਹੀਦਾਂ ਦੀਆਂ ਤੁਹਾਡੇ ਤੋਂ ਮੈਂ ਸਮਾਂ ਆ ਗਿਆ ਮੰਗ ਲੈਣੀ ਹੈ ਸਾਡੇ ਮਾਨ ਜੋ ਸਾਡੇ ਸਤਿਕਾਰ ਜੋ ਸਿੰਘ ਸਵਾਲ ਜਥੇਦਾਰ ਗਿਆਨੀ ਅਮਰੀਕ ਸਿੰਘ ਜੀ ਅਦਨਾਲਾ ਸਾਹਿਬ ਉਹਨਾਂ ਵੱਲੋਂ ਢਾਡੀ ਕਿਰਤ ਦਾ ਸਤਿਕਾਰ ਕਰਦੇ 100 ਗਵੜਾ ਸੀਸ ਦਿੱਤੀ ਗਈ ਬੱਚਿਆਂ ਨੂੰ ਸਤਿਗੁਰ ਕਿਰਪਾ ਕਰਨ ਉਹ ਕੌਮ ਦੇ ਨਤਾਇਕ ਸਰਦਾਰ ਨੇ ਜਿੱਥੇ ਵੀ ਕਿਤੇ ਕੌਮ ਤੇ ਮੁਸ਼ਕਲ ਆਉਂਦੀ ਹੈ ਕੌਮ ਦੇ ਨਾਲ ਕਿਤੇ ਵਧੀਕੀ ਹੁੰਦੀ ਹੈ ਉੱਥੇ ਜਾ ਕੇ ਆਪ ਖੁਦ ਅਗਵਾਈ ਕਰਦੇ ਨੇ ਆਪ ਸਾਡੀ ਡਾਂ ਚ ਖੜੋਂਦੇ ਨੇ ਮੈਂ ਸਟੇਜ ਤੋਂ ਸਿੰਘ ਸਾਹਿਬ ਨੂੰ ਸਤਿਕਾਰ ਦਿੰਦਾ ਸਤਿਗੁਰ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰ ਉਸ ਕੌਮ ਨੂੰ ਇਹੋ ਜਿਹਾ ਜਰਦਾਰੂ ਜਰਨੈਲਾਂ ਦੀ ਲੋੜ ਹੈ ਸੂਰਮਿਆਂ ਦੀ ਲੋੜ ਹੈ ਅੱਜ ਤੱਕ ਪਿੱਛਾ ਕੌਮ ਦੇ ਮਹਾਨ ਸ਼ਹੀਦ ਭਾਈ ਜਸਪਾਲ ਸਿੰਘ ਜੀ ਜਿਨ੍ਹਾਂ ਦਾ 31 ਮਾਰਚ 2012 ਨੂੰ ਸ਼ਹਾਦਤ ਜਾਤ ਵੀ ਗਏ ਭਾਈ ਜਸਪਾਲ ਸਿੰਘ ਦੀ ਸ਼ਹੀਦੀ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਸ਼ਹੀਦ ਦੇ ਅੱਧ ਸਕਣ ਦੀ ਚੋਲੀ ਚ ਪਾ ਦਿਆ 10ਵੇਂ ਪਾਤਸ਼ਾਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਾਂ ਦੀ ਕੁੱਖ ਚੋਂ ਬੱਚੇ 2 ਤਰ੍ਹਾਂ ਦੇ ਦੁਨੀਆਂ ਤੇ ਪੈਦਾ ਹੁੰਦੇ ਆ ਬਹੁਤ ਸਾਰੇ ਕਰੋੜਾਂ ਦੀ ਗਿਣਤੀ ਚ ਉਹ ਬੱਚੇ ਪੈਦਾ ਹੁੰਦੇ ਨੇ ਜਿਨ੍ਹਾਂ ਦੇ ਪਰਿਵਾਰ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਡਾਕਟਰ ਕਹਿੰਦੇ ਨੇ ਜਦੋਂ ਬੱਚਾ ਮਾਂ ਦੇ ਗਰਭ ਚ ਪ੍ਰਵੇਸ਼ ਕਰਦਾ ਤੇ ਮੌਤ ਪਿੱਛੇ ਲੱਗ ਜਾਂਦੀ ਹੈ ਗੌਰ ਕਰਿਓ ਮੈਂ ਅਖਬਾਰਾਂ ਵਿੱਚ ਪੜ੍ਹਿਆ ਡਾਕਟਰਾਂ ਦੇ ਵਿਚਾਰ ਪੜ੍ਹੇ ਡਾਕਟਰਾਂ ਦੇ ਮੈਂ ਐਪੀਸੋਡ ਦੇਖੇ ਉਹ ਕਹਿੰਦੇ ਕੁਝ ਇਹੋ ਜਿਹੇ ਬੱਚੇ ਵੀ ਹੁੰਦੇ ਜਿਹਨਾਂ ਦੀ ਮੌਤ ਮਾਂ ਦੇ ਗਰਭ ਵਿੱਚ ਵੀ ਹੋ ਜਾਂਦੀ ਹੈ ਮੌਤ ਬੰਦੇ ਦੇ ਜਨਮ ਲੈਣ ਤੋਂ ਪਹਿਲਾਂ ਨਹੀਂ ਆਉਂਦੀ ਜਦੋਂ ਬੱਚਾ ਮਾਂ ਦੇ ਗਰਭ ਵਿੱਚ ਪ੍ਰਵੇਸ਼ ਕਰਦਾ ਮੌਤ ਉਦੋਂ ਪਿੱਛੇ ਲੱਗ ਜਾਂਦੀ ਇਸ ਗੱਲ ਦੀ ਅਗਵਾਈ 10ਵੇਂ ਪਾਤਸ਼ਾਹ ਮਹਾਰਾਜ ਆਪ ਕਰਦੇ ਨੇ ਉਹ ਕਹਿੰਦੇ ਜਦੋਂ ਬੱਚਾ ਮਾਂ ਦੀ ਕੁੱਖ ਚੋਂ ਜਨਮ ਲੈਂਦਾ ਤੇ ਮੌਤ ਪਿੱਛੇ ਲੱਗਦੀ ਹੈ ਮਾਂ ਆਪਣੇ ਬੱਚੇ ਨੂੰ ਮੌਤ ਤੋਂ ਬਚਾਉਂਦੀ ਹੈ ਮੌਤ ਖਿਆਲਾਂ ਨਹੀਂ ਛੱਡਦੀ ਚਲੋ ਜੇ ਬੁਖਾਰ ਹੋ ਗਿਆ ਢਿੱਲਾ ਬਿੱਠਾ ਹੋ ਗਿਆ ਉਹਦਾ ਇਲਾਜ ਕਰਾਓ ਡਾਕਟਰ ਕੋਲ ਜਾਓ ਹੋਰ ਪਰ ਕਰੋ ਹਕੀਮ ਕੋਲ ਜਾਓ ਉਹਦਾ ਇਲਾਜ ਕਰਾਓ ਪਰਿਵਾਰ ਬੱਚੇ ਨੂੰ ਮੌਤ ਤੋਂ ਬਚਾਉਂਦਾ ਮੌਤ ਖਿਆਲਾਂ ਨਹੀਂ ਛੱਡਦੀ ਵੱਡਾ ਹੋ ਜਾਂਦਾ ਐਕਸੀਡੈਂਟ ਦਾ ਡਰ ਲੜਾਈ ਦਾ ਡਰ ਹੈ ਕਈ ਡਰ ਨੇ ਕਹਿੰਦੇ ਬੰਦਾ ਮੌਤ ਦੇ ਮੋਹਰੇ ਮੋਹਰੇ ਭੱਜਦਾ ਤੇ ਮੌਤ ਪਿੱਛੇ ਭੱਜਦੀ ਹੈ ਗੌਰਮੈਂਟ ਸਰਵਰ ਕਰਿਓ ਕਿ ਕਾਗਜ਼ ਤਾਂ ਬਣਾ ਕੇ ਰੱਖਣੀ ਹੈ ਥੋੜੀਆਂ ਗੱਲਾਂ ਕਰਾਂਗਾ ਥੋੜੀਆਂ ਗੱਲਾਂ ਵਿੱਚ ਮੈਂ ਕੁਝ ਕਹਿਣ ਦਾ ਜ਼ਿਕਰ ਕਰਾਂਗਾ ਕਹਿੰਦੇ ਬੱਚਾ ਮੌਤ ਦੇ ਮੋਹਰੇ ਭੱਜਦਾ ਮੌਤ ਪਿੱਛੇ ਭੱਜਦੀ ਹੈ ਜਿੱਥੇ ਜਾ ਕੇ ਬੰਦਾ ਥੱਕ ਜਾਏ
ਪੈਦਾ ਹੋ ਕੇ ਹੋ ਜਾ ਮਾਤੇ ਦੀ ਦਸਵੇਂ ਪਾਤਸ਼ਾਹ ਕਿਤੇ ਤੇ ਜਿਹਨਾਂ ਦਾ ਤੁਸੀਂ ਅੱਜ ਦਿਨ ਮਨਾ ਰਹੇ ਹੋ ਜਿਹਨਾਂ ਦੀ ਯਾਦ ਮਨਾ ਰਹੇ ਹੋ ਇਹ ਕਰੋੜਾਂ ਵਿੱਚ ਨੇ ਇਹ ਗੁਰੂਆਂ ਦੇ ਪੋਟਿਆਂ ਤੇ ਕਿੰਨੂ ਆ ਇਹ ਕੌਣ ਨੇ ਦਸਵੇਂ ਪਾਤਸ਼ਾਹ ਕਹਿੰਦੇ ਇੱਕ ਬੱਚਾ ਹੋਰ ਮਾਂ ਦੀ ਕੁੱਖ ਚੋਂ ਜਨਮ ਲੈਂਦਾ ਹੈ ਉਹਦੇ ਪਿੱਛੇ ਮੌਤ ਨਹੀਂ ਲੱਗਦੀ ਉਹਦੇ ਪਿੱਛੇ ਮੌਤ ਨਹੀਂ ਲੱਗਦੀ ਉਹ ਮੌਤ ਦੇ ਪਿੱਛੇ ਲੱਗ ਜਾਂਦਾ ਮੌਤ ਉਹਦੇ ਮੋਹਰੇ ਮੋਹਰੇ ਭੱਜਦੀ ਏ ਉਹ ਮੌਤ ਦੇ ਪਿੱਛੇ ਭੱਜਦਾ ਜਿੱਥੇ ਜਾ ਕੇ ਮੌਤ ਥੱਕਦਾ ਏ ਮੌਤ ਹੰਬਦਾ ਏ ਮੌਤ ਕਮਜ਼ੋਰ ਹੁੰਦਾ ਹੈ ਉਸ ਸਿੰਘ ਦੇ ਮੋਹਰੇ ਮੌਤ ਲਿਖ ਪੈਂਦੀ ਹੈ ਉਸ ਸਿੰਘ ਮੌਤ ਨੂੰ ਪਾਰ ਕਰਦਾ ਹੋਇਆ ਉਹਦਾ ਦਰਵਾਜ਼ਾ ਪਾਰ ਕਰਦਾ ਹੋਇਆ ਪਰਮਾਤਮਾ ਦੇ ਸਮਾਨ ਹੋ ਜਾਂਦਾ ਹੈ ਮੌਤ ਦਾ ਰਸਤਾ ਪਾਰ ਕਰ ਦਿੰਦਾ ਇੱਥੇ ਲਿਖਿਆ ਜਾਂਦਾ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਜ਼ਾਦ ਹੈ ਹਜ਼ਾਰ ਤੋਂ ਹਜ਼ਾਰ ਯਹਾਂ ਮੌਤ ਵੀ ਹਜ਼ਾਰ ਹੈ ਭਾਈ ਜਸਪਾਲ ਸਿੰਘ ਜਦੋਂ ਉਹਨਾਂ ਨੇ ਆਪਣੀ ਮਾਂ ਦੀ ਕੁੱਖ ਚੋਂ ਜਨਮ ਲਿਆ ਉਹ ਮੌਤ ਦੇ ਪਿੱਛੇ ਲੱਗਾ ਇਸ ਗੱਲ ਦਾ ਪਤਾ ਨਾ ਜਨਮ ਦੇ ਵਾਲੀ ਮਾਂ ਨੂੰ ਸੀ ਨਾ ਇਸ ਗੱਲ ਦਾ ਪਤਾ ਫਾਦਰ ਨੂੰ ਸੀ ਮੌਤ ਉਹਨਾਂ ਦੇ ਮੋਹਰੇ ਭੱਜ ਗਈ ਸੀ ਉਹ ਮੌਤ ਦੇ ਪਿੱਛੇ ਭੱਜ ਗਏ ਸੀ ਜਿੱਥੇ ਜਾ ਕੇ ਮੌਤ ਥੱਕ ਗਈ ਮੌਤ ਹੰਬ ਗਈ ਮੌਤ ਕਮਜ਼ੋਰ ਗਈ ਭਾਈ ਜਸਪਾਲ ਸਿੰਘ ਜੀ ਮੌਤ ਦਾ ਦਰਵਾਜ਼ਾ ਪਾਲ ਕੇ ਖੁਦਾ ਦੇ ਚਰਨਾਂ ਵਿੱਚ ਚਾਹ ਰਾਜੇ ਤੇ ਸ਼ਹੀਦ ਦਾ ਰੁਤਬਾ ਪਾ ਗਿਆ ਸ਼ਾਹ ਕਹਿੰਦਾ ਇਹਨਾਂ ਨੂੰ ਨਾ ਰੋਕੋ ਅੱਜ ਤਾਂ ਖਾਲਸਾ ਬੈਠਾ ਹੈ ਅੱਜ ਦਾਰੂ ਫੌਜ ਬੈਠੀ ਹੈ ਬਾਬਾ ਬਲਜੀਤ ਸਿੰਘ ਜੀ ਦਾਦੋਰ ਸਾਹਿਬ ਬੈਠੇ ਭਾਈ ਅਮਰਿੰਦਰ ਸਿੰਘ ਜੀ ਅਜਾਲ ਸਾਹਿਬ ਬੈਠੇ ਇਹਨਾਂ ਦਾਰੂ ਫੌਜ ਦੇ ਦਰਬਾਰ ਬੈਠੇ ਨੇ ਇਹਨਾਂ ਬਾਰੇ ਮੈਂ ਕਹਿਣ ਜਾ ਰਿਹਾ ਇਹਨਾਂ ਨੂੰ ਨਾ ਰੋਕੋ ਇਹ ਕਿੰਨੇ ਮੁਸਾਫਰ ਇਹ ਨਿਰਾਸ਼ਾ ਦੇ ਨੇੜੇ ਟੁੱਕਦੇ ਨਹੀਂ ਹੁੰਦੇ ਚੰਦ ਸੂਝ ਹਵਾ ਦੇ ਬੁੱਲੇ ਚੱਲਦੇ ਰਹਿੰਦੇ ਨੇ ਇਹ ਰੁਕਦੇ ਨਹੀਂ ਹੁੰਦੇ ਪਹਾੜਾਂ ਦੀ ਛੱਤ ਨੂੰ ਛਲਣੀ ਬਣਾ ਕੇ ਜਿਹੜੇ ਸੋਮੇ ਨਿਕਲਦੇ ਨੇ ਉਹ ਸੁੱਕਦੇ ਨਹੀਂ ਹੁੰਦੇ ਜਿਹਨਾਂ ਦੀ ਹੱਥਾਂ ਦੀ ਤਲੀ ਤੇ ਰੱਖੀ ਹੈ ਸਜਣੋ ਉਹ ਦੁਨੀਆਂ ਚ ਝੁਕਦੇ ਨੇ ਪਰ ਝੁਕਦੇ ਨਹੀਂ ਹੁੰਦੇ ਭਾਈ ਜਸਪਾਲ ਸਿੰਘ ਜੋ ਦੇਸ਼ ਬਦਲੇ ਕੌਮ ਬਦਲੇ ਧਰਮ ਬਦਲੇ ਨੇਕੀ ਬਦਲੇ ਬਾਜਾ ਵਾਲੀ ਬਖਸ਼ੀ ਦਸਤਾਰ ਦੇ ਬਦਲੇ ਜਿਹੜੇ ਉਹਨੇ ਸ਼ਹਾਦਤ ਜਾਪ ਕੀਤੇ ਭਾਈ ਜਸਪਾਲ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਪ੍ਰਵਾਨੀ ਦਾ ਕਾਰਨ ਇਹ ਥਾ ਐਸ ਕਰਤਾ ਰਹੀ ਸ਼ਬਦਾਂ ਦੇ ਫੁੱਲ ਇਹ ਕਿਵੇਂ ਚੱਲ ਰਿਹਾ ਰਿਪੋਰਟ ਦੇਣੀ ਪਈ ਹੈ ਇਹ ਹਕੀਕਤ ਹੈ
ਜਗਤ ਸਿੰਘ
ਸਤਿਕਾਰ ਕੀਤਾ ਗਿਆ। ਮੈਂ ਦੇਵੀਆਂ ਗਰਾਈਆਂ ਤੋਂ ਮਾਂ ਦੇ ਚਰਨਾਂ ਨੂੰ ਸੀਸ ਪਾਉਣਾ, ਮਾਂ ਤੂੰ ਧੰਨ ਹੈ, ਤੇਰੀ ਕੁੱਖ ਪਵਿੱਤਰ ਹੈ, ਤੇਰਾ ਖੂਨ ਪਵਿੱਤਰ ਹੈ, ਤੇਰਾ ਸੀਰ ਪਵਿੱਤਰ ਹੈ। ਮਾਂ ਤੇਰੇ ਖੂਨ ਦੇ ਵਿੱਚ ਅਣਖ ਦੀ ਕਣੀ ਸੀ, ਤੇਰੇ ਖੂਨ ਦੇ ਵਿੱਚ ਅਣਖ ਦੀ ਕਣੀ ਸੀ, ਤੇਰੇ ਖੂਨ ਵਿੱਚ ਮਰਦਾਨਗੀ ਸੀ, ਤੇਰਾ ਸੀਰ ਮਰਦਾਨਗੀ ਵਾਲਾ ਸੀ। ਉਹ ਕੌਮ ਦੀ ਸੇਵਾ ਕਰਦਾ ਚਾਰ ਦਿਨ ਜਾ ਪੀ ਗਿਆ। ਮਾਂ ਇਹ ਗੱਲ ਯਾਦ ਰੱਖੀ, ਜਦ ਤੱਕ ਇਹ ਚੰਦਰਮਾ ਆਕਾਸ਼ ਤੇ ਬ੍ਰਹਿਮੰਡ ਸਿੱਖ ਕੌਮ ਜਾਂਦੀ ਹੈ, ਜਸਪਾਲ ਸਿੰਘ ਉਹਨਾਂ ਚ ਜਿਉਂਦਾ ਰਹਿਣਾ। ਉਹਨੂੰ ਇਹ ਗੱਲ ਯਾਦ ਰੱਖਿਓ, ਹੱਡੀਆਂ ਦੇ ਪਿੰਜਰਾਂ ਦੇ ਉੱਤਰੇ
ਦੇਣੇ ਪੈਣਗੇ। ਕਬਦਾ ਸਤਿਕਾਰ ਕਰਦੇ ਸਾਡੇ ਮਾਂ ਜੀ ਨੂੰ, ਸਾਡੇ ਸਤਿਕਾਰ ਜੋ ਸ਼ਹੀਦ ਭਾਈ ਜਸਪਾਲ ਸਿੰਘ ਜੀ ਨੂੰ ਸਤਿਕਾਰ ਜੋ ਪਿਤਾ ਜੀ ਢਾਡੀ ਖੇਤਰ ਦਾ ਸਤਿਕਾਰ ਕਰਦੇ, ਢਾਡੀ ਖੇਤਰ ਦਾ ਸਤਿਕਾਰ ਕਰਦੇ ਹੋਏ 512 ਸੀਸ ਭੇਜਦੇ ਸਭ ਕੁਛ ਸੱਚੇ ਪਾਤਸ਼ਾਹ ਕਿਰਪਾ ਕਰ ਚੜ੍ਹਦੇ ਕਲਾ ਹਰ ਨਾਮ ਦੇ ਬਖਸ਼ਿਸ਼ ਕਰ ਸਾਡੇ ਮਾਂ ਜੀ ਨੂੰ, ਸਾਡੇ ਸਤਿਕਾਰ ਜੋ ਸ਼ਹੀਦ ਭਾਈ ਜਸਪਾਲ ਸਿੰਘ ਜੀ ਦਾ ਸਤਿਕਾਰ ਜੋ ਪਾਇਆ ਜੀ, ਢਾਡੀ ਖੇਤਰ ਦਾ ਸਤਿਕਾਰ ਕਰਦੇ ਸਭ ਬੜਾ ਸੀਸ ਭੇਜਦੇ ਸਭ ਕੁਛ ਸੱਚੇ ਪਾਤਸ਼ਾਹ ਕਿਰਪਾ ਕਰ ਭਾਈ ਸਾਹਿਬ ਭਾਈ ਸਰਦਾਰ ਬਲਜਿੰਦਰ ਸਿੰਘ ਸਰਸਾ ਸਾਹਿਬਿਆਂ ਨੇ ਜੀ ਢਾਡੀ ਖੇਤਰ ਦਾ ਸਤਿਕਾਰ ਕਰਦੇ ਸਭ ਬੜਾ ਸੀਸ ਭੇਜਦੇ ਸਭ ਕੁਛ ਸੱਚੇ ਪਾਤਸ਼ਾਹ ਕਿਰਪਾ ਕਰ ਚੜ੍ਹਦੇ ਕਲਾ ਹਰ ਦਰਪਣ ਦੇ ਬਖਸ਼ਿਸ਼ ਕਰ ਸਾਡੇ ਮਾਂ ਜੀ ਸਾਡੇ ਸਾਰੇ ਸਤਿਕਾਰ ਜੋ ਬਾਬਾ ਲਖਵਿੰਦਰ ਸਿੰਘ ਜੀ ਨੇ, ਮੈਨੂੰ ਕੁਝ ਹੋਰ ਟੁੱਟੀ ਲਾਈ ਸੀ ਪਰ ਸ਼ਹੀਦ ਭਾਈ ਜਸਪਾਲ ਸਿੰਘ ਜੀ ਉਹਨੇ ਸਤਿਕਾਰ ਦਿੱਤਾ ਜੀ ਹੁਕਮ ਕਰ ਗਏ ਕਹਿੰਦੇ ਗਿਆਨੀ ਜੀ ਜਿਹੜੀ ਪਹਿਲੀ ਕਵਿਤਾ ਪਾਈ ਸ਼ਹੀਦ ਭਾਈ ਜਸਪਾਲ ਸਿੰਘ ਜੀ ਗਾਏ ਸੀ ਉਹਨੂੰ ਰਿਪੀਟ ਕਰ ਦਿਓ। ਪਰ ਮੈਂ ਸ਼ਹੀਦਾਂ ਦੇ ਪਰਿਵਾਰ ਦੇ ਕੋਲ ਮਾਫੀ ਮੰਗਦਾ ਜੀ, ਗੁਰੂ ਘਰ ਦੇ ਬਖਸ਼ਿਸ਼ ਸੋ ਪਾਓ ਗਰੀਬ ਨਵਾਜ ਗੁਸਾਈਆਂ ਮੇਰਾ ਮਾਫੇ ਸ਼ਤਨ ਧਰੈ ਇਹ ਗੁਰੂ ਘਰ ਦੀ ਬਖਸ਼ਿਸ਼ ਅੱਛਾ ਠੀਕ ਹੈ ਸੋ ਪਾਓ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ। ਮੈਂ ਕੋਟਨ ਕੋਟਨ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਤੇ ਸਿੱਖ ਸੰਗਤ ਦਾ ਕਰਦਾ। ਆਓ ਕਵਿਤਾ ਰਿਪੀਟ ਕਰਨ ਵਾਸਤੇ ਜਾ ਰਹੇ ਹਾਂ ਸ਼੍ਰੀ ਭਾਈ ਜਸਪਾਲ ਸਿੰਘ ਜੀ ਦਾ ਸਤਿਕਾਰ ਜੋ ਪਾਇਆ ਜੀ ਹੁਕਮ ਕਰ ਗਿਆ ਕਿਹਦੇ ਪਰਿਵਾਰ ਨੇ ਜੀ ਉਸ ਵਕਤ ਦੀ ਜਿਹੜੀ ਕਵਿਤਾ ਗਾਈ ਹੈ ਤੁਸਾਂ ਨੇ ਉਹਨੂੰ ਦੁਬਾਰਾ ਰਿਪੀਟ ਕਰ ਦਿਓ। ਚੱਕੂ ਵਿੱਚ ਤੂਫਾਨਾਂ ਦੇ ਲਾਲ ਮਿਲਵੇ ਦੇਸ਼ ਕੌਮ ਦੇ ਬੇੜੇ ਖਰਚਿਆਂ ਦੇ ਟੁੱਟ ਪੈਣ ਆਜ਼ਾਦੀ ਦੇ ਕੋਲ ਅੰਦਰ ਮੋੜਦੇ ਨਹੀਂ ਦੌਰਿਆਂ ਫਰਕਿਆਂ ਤੇ ਫੜ ਫੋਕੀਆਂ ਮਾਰਦੇ ਬਹੁਤ ਰੋਕੀ ਉਹ ਪਤਾ ਲੱਗਦਾ ਬੰਦਿਆਂ ਪਰਖਿਆਂ ਤੇ ਲਹੂ ਨਾਲ ਸ਼ਹੀਦਾਂ ਦੇ ਕਾਰਨਾਮੇ ਲਿਖੇ ਜਾਣ ਇਤਿਹਾਸ ਦੇ ਵਰਦਿਆਂ ਤੇ ਭਾਈ ਜਸਪਾਲ ਸਿੰਘ ਸ਼ਹੀਦ ਹੋ ਕੇ ਇਸ ਸੰਗਤ ਦਾ ਇਤਿਹਾਸ ਸ਼ਹੀਦਾਂ ਦੇ ਇਤਿਹਾਸ ਵਿੱਚ ਆਪਣਾ ਨਾਮ ਲਿਖਾਉਂਦੇ ਲਹੂ ਦੇ ਨਾਲ ਐਵੇਂ।
بس لگے کہ میرے وطن میں مرنے والوں کا باقی جے نشان ہوگا اینیاں بیٹے کردا کہ مدد جج کے سمجھیاں سنگھ سبھاواں جتھے بندیاں جنیاں پربندھ کمیٹیاں ستکار کمیٹیاں ایتھے پہنچے سب دے دے کرے پروار دا جکا سو سبٹن ہاؤس جتھے صاحب نے ویر لکھی سنگھ جی انہاں دا دل دے گرائی کو میں تنواد کردا سونڑ ویر دا تنواد موبی اکھاؤتی اکالی جانب سرکار بنو
ਸਿੱਖ ਕੌਮ ਦੇ ਹੱਕਾਂ ਦੀ ਰਾਖੀ ਕਰਦੇ ਨੌਜਵਾਨ, ਉਹਨਾਂ ਦਾ ਕੋਈ ਨਿੱਜੀ ਸਵਾਰਥ ਨਹੀਂ ਕਿ ਆਪਣਾ ਘਰ ਪਰਿਵਾਰ ਛੱਡ ਕਰਕੇ ਤੇ ਧਰਨੇ ਲਾਈਏ, ਰੋਸ ਮਜ਼ਾਹਰੇ ਕਰੀਏ। ਸਿੱਖੀ ਹੱਕਾਂ ਦੇ ਸੰਬੰਧ ਵਿੱਚ ਰੋਸ ਪ੍ਰਗਟ ਕਰਦੇ ਤੋਂ ਵੀ ਸ਼ਾਂਤਮਈ ਢੰਗ ਦੇ ਨਾਲ, ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਗਟ ਕਰਦੇ ਹਾਂ। ਬਾਦਲ ਸਰਕਾਰ ਵੱਲੋਂ ਆਪਣੀ ਮਾਤਾ ਦੀ ਕੁੱਖ ਦਾ ਸ਼ਿੰਗਾਰ, ਪਿਤਾ ਦਾ ਅਕਲੌਤਾ ਪੁੱਤਰ, ਭੈਣ ਦਾ ਅਕਲੌਤਾ ਵੀਰ, ਦਾਦੇ ਦਾ ਪੋਤਰਾ, ਮਾਮੇ ਦਾ ਭਾਂਡਾ, ਜਿਹਦੀ ਚੜ੍ਹਦੀ ਜਵਾਨੀ ਹੈ, ਚਿਹਰੇ ਤੇ ਦਾੜਾ ਫੁੱਟਦਾ, ਸਰੂ ਵਰਗਾ ਕਾਂਧਿਆ, ਸੋਹਣਾ ਸੁਨੱਖਾ, ਪਰ ਬਾਦਲ ਪਰਿਵਾਰ ਨੂੰ ਚੰਗਾ ਨਹੀਂ ਲੱਗਾ। ਗੋਲੀਆਂ ਮਾਰ ਕਰਕੇ ਸ਼ਹੀਦ ਕਰ ਦਿੱਤਾ ਗਿਆ। ਅਫਸੋਸ ਵਾਲੀ ਗੱਲ ਹੈ, ਇਹ ਸਿੱਖ ਕੌਮ ਦੇ ਉੱਪਰ ਬਾਦਲ ਸਰਕਾਰ ਤੇ ਬਾਦਲ ਪਰਿਵਾਰ ਦਾ ਪਹਿਲਾ ਹਮਲਾ ਨਹੀਂ, ਰੁਕੋ ਚੇਤੇ ਰੱਖਿਓ। ਪਰ ਸਾਡੀ ਬੇਵਕੂਫੀ ਅੱਜ ਵੀ ਉਹਨਾਂ ਨੂੰ ਵੋਟਾਂ ਪਾ ਕਰਕੇ ਪਿਓ ਤੇ ਪੁੱਤ ਨੂੰ ਜਿਤਾਇਆ ਹੈ। ਉਹਨਾਂ ਲੋਕਾਂ ਨੂੰ ਲਾਹਨਤ ਜਿਨ੍ਹਾਂ ਨੇ ਅੱਜ ਵੀ ਸੁਖਬੀਰ ਬਾਦਲ ਤੇ ਪ੍ਰਕਾਸ਼ ਬਾਦਲ ਤੇ ਮਜੀਠੀਏ ਨੂੰ ਵੋਟਾਂ ਪਾ ਕੇ ਜਿਤਾਇਆ। ਇਹੋ ਜਿਹੇ ਇਨਸਾਨਾਂ ਨੂੰ ਲਾਹਨਤ ਜਿਨ੍ਹਾਂ ਨੇ ਅੱਜ ਵੀ ਉਹਨਾਂ ਨੂੰ ਵੋਟਾਂ ਪਾਈਆਂ। ਇਹ ਉਹਨਾਂ ਦਾ ਪਹਿਲਾ ਹਮਲਾ ਨਹੀਂ। ਸੰਨ 78 ਦੀ ਵਿਸਾਖੀ ਚੇਤੇ ਕਰਿਓ। ਸੰਨ 78 ਦੀ ਵਿਸਾਖੀ ਨਰਕਧਾਰੀ ਕਾਂਡ, 13 ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਸ਼ਹੀਦ ਕੀਤੇ। ਰੁਕੋ ਸਰਕਾਰ ਕੀਤੀ ਸੀ ਬਾਦਲ ਨੇ, ਨਾ ਅਪੀਲ, ਨਾ ਦਲੀਲ, ਨਾ ਨਿਆਂ। ਯਾਰੋ ਕਿੰਨੇ ਦਹਾਕੇ ਬੀਤ ਗਏ, ਅੱਜ ਉਹਨਾਂ 13 ਸਿੰਘਾਂ ਦੀ ਸ਼ਹੀਦੀ ਦਾ ਨਿਆਂ ਸਰਕਾਰ ਕੋਲੋਂ ਅਜੇ ਤੱਕ ਨਹੀਂ ਮਿਲਿਆ। ਬੇਅੰਤ ਵਾਰ ਇਸ ਪਰਿਵਾਰ ਨੇ ਸਿੱਖ ਕੌਮ ਦੇ ਉੱਪਰ ਵਾਰ ਕੀਤੇ ਆ। ਇਹਨਾਂ ਦਾ ਪਿਛੋਕੜ ਕੀ ਹੈ? ਇਹਨਾਂ ਦਾ ਪਿਛੋਕੜ ਇਹ ਹੈ, ਜੈਤੋ ਦਾ ਮੋਰਚਾ ਲੱਗਿਆ ਸੀ। ਇੱਕ ਜੱਥਾ ਜੈਤੋ ਦੇ ਮੋਰਚੇ ਵਿੱਚ ਹਾਜ਼ਰੀ ਭਰਨ ਵਾਸਤੇ ਸ਼ਾਮਲ ਹੋਣ ਵਾਸਤੇ ਜਾਂਦਾ ਹੈ। ਇਹਨਾਂ ਦੇ ਵੱਡ ਵਡੇਰਿਆਂ ਨੇ ਪੂਰੇ ਜੱਥੇ ਨੂੰ ਯਹਿਰ ਪਾ ਕਰਕੇ ਸ਼ਹੀਦ ਕੀਤਾ। ਕੌਮ ਨੂੰ ਬਾਦਲ ਪਰਿਵਾਰ ਦੀ ਕੀ ਦੇਣੇ? ਉਹਨਾਂ ਲੋਕਾਂ ਨੂੰ ਮੈਂ ਦੁਬਾਰਾ ਫਿਰ ਲਾਹਨਤ ਪਾਉਣਾ ਜਿਹਨਾਂ ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਤੇ ਰਸ਼ੀਦੀ ਨੂੰ ਵੋਟਾਂ ਪਾਈਆਂ। ਪਿਆਰੋ, ਆਪਾਂ ਸੱਚ ਦੀ ਆਸ ਕਿਹਦੇ ਕੋਲੋਂ ਰੱਖਾਂਗੇ? ਭਾਈ ਜਸਪਾਲ ਸਿੰਘ ਦੀ ਸ਼ਹੀਦੀ ਹੋਈ। ਕਈ ਮੇਰੇ ਤੇ ਕਿੰਤੂ ਕਰਦੇ ਆ ਕਿ ਭਾਈ ਅਮਰੀਕ ਸਿੰਘ ਨੇ ਕੌਮ ਵਾਸਤੇ ਕੀ ਕੀਤਾ, ਦੱਸਦੇ। ਪਿਆਰੋ, ਮੈਂ ਕੁਛ ਨਹੀਂ ਕਰ ਸਕਦਾ। ਮੇਰੇ ਤੇ ਕਿੰਤੂ ਕਰਦੇ ਆ ਜੇ ਕੀ ਕੀਤਾ, ਪਰ ਸੇਖਾ ਇਹ ਨਹੀਂ ਜਣਾਉਂਦਾ ਹੁੰਦਾ ਕਿ ਮੈਂ ਕੀਤਾ। ਮੇਰੇ ਤੋਂ ਮੇਰੇ ਗੁਰੂ ਨੇ ਜੋ ਕਰਾਇਆ ਉਹ ਗੁਰੂ ਜਾਣਦਾ ਜਾਂ ਗੁਰੂ ਦਾ ਪੰਥ ਜਾਣਦਾ। ਮੈਂ ਕਿਸੇ ਤੋਂ ਸਪਸ਼ਟੀਕਰਨ ਦੇ ਕਰਕੇ ਸਰਟੀਫਿਕੇਟ ਨਹੀਂ ਲੈਣਾ। ਜਿਸ ਦਿਨ ਭਾਈ ਜਸਪਾਲ ਸਿੰਘ ਦੀ ਸ਼ਹੀਦੀ ਹੁੰਦੀ ਆ, ਜਿਹੜੇ ਮੇਰੇ ਤੋਂ ਪੁੱਛਦੇ ਆ, ਉਹਨਾਂ ਨੂੰ ਪੁੱਛੋ ਕਿ ਸਭ ਤੋਂ ਪਹਿਲਾਂ ਇਸ ਪਰਿਵਾਰ ਕੋਲ ਕੌਣ ਆਇਆ ਸੀ। ਇਹ ਪਰਿਵਾਰ ਦੱਸੂਗਾ ਕਿ ਸਭ ਤੋਂ ਪਹਿਲਾਂ ਸਾਡੇ ਕੋਲ ਕੌਣ ਆਇਆ, ਕੀ ਸੇਵਾ ਕੀਤੀ। ਫਿਰ ਉਹਨਾਂ ਦਾ ਕਿੰਤੂ ਆ, ਇਹਨੇ ਕੀ ਕੀਤਾ। ਪਿਆਰੋ, ਅੰਮ੍ਰਿਤ ਛਕਾਉਣ ਦੀ ਸੇਵਾ ਲੰਮੇ ਸਮੇਂ ਤੋਂ ਕੀਤੀ ਤੇ ਮੈਂ ਅੱਜ ਵੀ ਕਰਦਾ। ਕਿੱਥੇ ਸੇਵਾ ਕੀਤੀ ਆ? ਬੜੈਲ ਜੇਲ੍ਹ ਦੇ ਵਿੱਚ ਜਾ ਕਰਕੇ ਗੁਰਮੁਖੋ ਅੰਮ੍ਰਿਤ ਛਕਾਇਆ। ਜਿਹੜੇ ਮੇਰੇ ਤੇ ਕਿੰਤੂ ਕਰਦੇ ਥਾਣੇ ਤੇ ਜੇਲ੍ਹ ਤੋਂ ਉਹਨਾਂ ਥਰਥਰ ਕੰਬਦੇ ਆ। ਬੜੈਲ ਜੇਲ੍ਹ ਅੰਦਰ ਜਾ ਕਰਕੇ ਅੰਮ੍ਰਿਤ ਛਕਾਇਆ। ਕਿਹਨੂੰ ਛਕਾਇਆ? ਭਾਈ ਜਗਤਾਰ ਸਿੰਘ ਹਵਾਰੇ ਨੂੰ। ਭਾਈ ਜਗਤਾਰ ਸਿੰਘ ਹਵਾਰੇ ਨੂੰ ਪੁੱਛੋ, ਜਿਹੜੀ ਬੜੈਲ ਜੇਲ੍ਹ ਦੇ ਅੰਦਰ ਸੁਰਗ ਪੁੱਟੀ ਸੀ,
ਉਹ ਮਿੱਟੀ ਪੁੱਟਣ ਵਾਲਿਆ ਸਿਆ ਤੈਨੂੰ ਕਿਹਨੇ ਦੇਦੇ ਸਨ ਤੇ ਕਿਹਦੇ ਕੋਲੋਂ ਆਏ ਕਿਵੇਂ ਪੁੱਟੀ? ਜਗਤਾਰ ਸਿੰਘ ਦੁਆਰਾ ਜਵਾਬ ਦੇਵੇਗਾ। ਗੁਰਮੁਖੋ ਗੱਲਾਂ ਕਰਨੀਆਂ ਬੜੀਆਂ ਸੌਖੀਆਂ, ਕੌਮ ਦੀ ਸੇਵਾ ਕਰਨੀ ਗੁਰਮੁਖੋ ਬੜੀ ਔਖੀ ਆ। ਫੇਸਬੁੱਕ ਤੇ ਬੜੇ ਅਸੀਂ ਬੱਬਰ ਸ਼ੇਰਿਆ, ਨੈਟ ਤੇ ਬੜੇ ਬੱਬਰ ਸ਼ੇਰਿਆ, ਵਟਸਐਪ ਤੇ ਬੜੇ ਬੱਬਰ ਸ਼ੇਰਿਆ। ਪਿਆਰੋ ਮੈਦਾਨ ਵਿੱਚ ਆਓ, ਸੂਰਮਾ ਉਹ ਹੁੰਦਾ ਜਿਹੜਾ ਮੈਦਾਨ ਵਿੱਚ ਆ ਕਰਕੇ ਆਪਣੇ ਦੁਸ਼ਮਣ ਨੂੰ ਨਲਕਾਰੇ, ਉਹਦੇ ਹੱਥ ਹਿੱਕ ਵਿੱਚ ਵਾਰ ਮਾਰੇ ਤੇ ਹਿੱਕ ਵਿੱਚ ਖਾਵੇ। ਪਿਆਰੋ ਸਿੱਖ ਕੌਮ ਦਾ ਹਥਿਆਰ ਇਤਿਹਾਸ ਨਹੀਂ ਕਹਿੰਦਾ ਕਿ ਪਿੱਠ ਪਿੱਛੇ ਵਾਰ ਕੀਤਾ ਤੇ ਪਿੱਠ ਪਿੱਛੇ ਖਾਧਾ। ਪਿਆਰੋ ਹਿੱਕ ਵਿੱਚ ਗੋਲੀਆਂ ਖਾਧੀਆਂ ਪਰ ਅਹਿਸਾਨ ਨਹੀਂ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਧੰਨਵਾਦ ਕੀਤਾ। ਕਿਉਂ? ਕਿ ਆਪਾਂ ਅੰਮ੍ਰਿਤ ਛਕਣ ਲੱਗੇ, ਸਾਰਿਆਂ ਨੇ ਪਰਨ ਕੀਤਾ। ਕੀ ਪਰਨ ਕੀਤਾ? ਸੀਸ ਪੰਥ ਦਾ ਸਮਝਣਾ, ਲੋੜ ਪੈਣ ਤੇ ਪੰਥ ਨੂੰ ਹਾਜ਼ਰ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਣਾ। ਪਿਆਰੋ ਕਿੰਨੇ ਲੋਕ ਆ ਕਿੰਤੂ ਕਰਨ ਵਾਲੇ, ਫੇਸਬੁੱਕ ਤੇ ਰੌਲਾ ਪਾਉਣ ਵਾਲੇ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਮੰਨਦੇ ਆ, ਉਹ ਜਿਨ੍ਹਾਂ ਲਈ ਆਪਾਂ ਪਾਵਨ ਸ਼ਹੀਦੀ ਤੇ ਆਏ ਆ ਨਾ, ਗੁਰਮੁਖੋ ਮਨ ਬਾਣੀ ਤੇ ਸਰੀਰ ਕਰਕੇ ਗੁਰੂ ਨੂੰ ਇਹ ਮੰਨਦੇ ਆ। ਸੂਰਮਾ ਕੌਣ ਹੁੰਦਾ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਵਚਨ ਹਨ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛਾਡੈ ਖੇਤ। ਇਹ ਨਹੀਂ ਕਿ ਫੇਸਬੁੱਕ ਤੇ ਬੋਲੀ ਜਾਓ, ਅਖਬਾਰਾਂ ਤੇ ਬਿਆਨ ਦਿਓ। ਸੂਰਮਾ ਉਹ ਹੁੰਦਾ ਜਿਹੜਾ ਆਪਣੇ ਦੀਨ ਵਾਸਤੇ, ਧਰਮ ਵਾਸਤੇ ਮਰਦਊਪਣਾ ਵਿਖਾਉਂਦਾ ਤੇ ਮਰਦਾਨਗੀ ਵਿਖਾ ਕਰਕੇ ਮੈਦਾਨ ਵਿੱਚ ਸ਼ਹੀਦੀ ਪ੍ਰਾਪਤ ਕਰਦਾ। ਅਸਲ ਦੇ ਵਿੱਚ ਪਿਆਰੋ ਸੂਰਮਾ ਉਹ ਆ। ਤੇ ਲੜਦਾ ਕੌਣ ਆ? ਜਿਹਦਾ ਮਨ ਕਰਕੇ ਆਪਣੇ ਗੁਰੂ ਦੇ ਨਾਲ ਪਿਆਰ ਹੁੰਦਾ ਤੇ ਜਿਹਦਾ ਪਿਆਰ ਮਨ ਕਰਕੇ ਗੁਰੂ ਨਾਲ ਨਹੀਂ। ਮੈਂ ਨਹੀਂ ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਦਿਲੋਂ ਮੁਹੱਬਤ ਜਿਨ ਸਹੀ ਸੱਜਿਆ, ਜਿਨ ਮਨ ਹੋਰ ਮੁੱਖ ਹੋਰ ਸਿਕੰਡੇ ਕੱਚਿਆ। ਜਿਹੜੇ ਮੇਰੇ ਤੇ ਕਿੰਤੂ ਕਰਦੇ ਆ, ਮੈਂ ਉਹਨਾਂ ਤੇ ਸਵਾਲ ਕਰਦਾ, ਗੁਰਮੁਖੋ ਸਰਸੇ ਵਾਲੇ ਦੀਆਂ ਕੂੜ ਚਰਚਾਵਾਂ ਕਿੰਨੀਆਂ ਰੋਕਣ ਗਏ ਆ? ਨੂਰ ਮਹਿਲੀਏ ਦੀ ਕੂੜ ਚਰਚਾ ਕਿੰਨੀ ਰੋਕਣ ਵਾਸਤੇ ਗਏ ਆ? ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਹੋਈ, ਕਿੰਨੇ ਥਾਵਾਂ ਤੇ ਗਏ ਆ? ਉਹ ਤੁਹਾਡਾ ਬਾਬਾ ਜਿਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਖਲੋ ਕਰਕੇ ਅਰਦਾਸ ਕੀਤੀ, ਉਹਦੀ ਅਰਦਾਸ ਕਿੱਥੇ ਹੈ? ਭੱਠਾ ਨਹੀਂ, ਬਾਗੀ ਨਹੀਂ ਹੋਇਆ? ਜਿਹੜੇ ਸਿੰਘ ਕੋਟਕਪੂਰੇ ਦੀ ਧਰਤੀ ਤੇ ਧਰਨਾ ਲੱਗਾ, ਦੋ ਸ਼ਹੀਦ ਹੋ ਗਏ ਆ, ਉਹਨਾਂ ਦੀ ਬਰਸੀ ਤੇ ਤੁਹਾਡਾ ਬਾਬਾ ਕਦੇ ਆਇਆ? ਉਹ ਤੁਸੀਂ ਕਦੇ ਆਏ ਆ? ਜੇ ਆਏ ਆ ਤੇ ਦੱਸੋ। ਪਿਆਰੋ ਜਦੋਂ ਬੰਦਾ ਮਰਦਾ ਨਾ, ਉਹਦੀ ਰੂਹ ਜੇਕਰ ਮਰਦ ਹੋਵੇ ਤੇ ਉਹਦੇ ਵਿੱਚ ਪ੍ਰਵੇਸ਼ ਹੁੰਦੀ ਆ, ਜੇਕਰ ਗਦਾਰ ਹੋਵੇ ਤੇ ਗੁਰਮੁਖੋ ਉਹਦੀ ਰੂਹ ਗਦਾਰਾਂ ਵਿੱਚ ਪ੍ਰਵੇਸ਼ ਹੁੰਦੀ ਆ। ਇਹਨਾਂ ਦੇ ਬਾਬੇ ਵਿੱਚ ਆ ਰੂਹ ਪ੍ਰਵੇਸ਼ ਕਿਹਦੀ ਹੋ ਗਈ? ਗਦਾਰ ਲੌਂਗੋਵਾਲ ਦੀ। ਕਦੇ ਗਦਾਰ ਲੌਂਗੋਵਾਲ ਨੇ ਪਰਨ ਕੀਤਾ ਸੀ ਤੇ ਪਰਨ ਕੀਤੇ ਤੋਂ ਭੱਜਿਆ, ਇਸੇ ਤਰ੍ਹਾਂ ਇਹਨਾਂ ਦਾ ਬਾਬਾ ਪਰਗਾੜੀ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਮੋਰਚੇ ਦੀ ਅਰਦਾਸ ਕੀਤੀ ਕਿ ਜਿੰਨਾ ਚਿਰ ਸਾਨੂੰ ਬੇਅਦਬੀ ਦਾ ਹੱਕ ਨਹੀਂ ਮਿਲਦਾ, ਅਸੀਂ ਘਰਾਂ ਨੂੰ ਨਹੀਂ ਜਾਣਾ। ਉਹ ਲੌਂਗੋਵਾਲ ਦੀ ਗਦਾਰੀ ਰੂਹ ਆ ਢੱਡਰੀ ਵਾਲੇ ਚ ਪ੍ਰਵੇਸ਼ ਕਰ ਗਈ ਹੈ। ਮੇਰਾ ਜਾਤੀ ਤੌਰ ਤੇ ਕਿਸੇ ਨਾਲ ਵਿਰੋਧ ਨਹੀਂ। ਉਹ ਮਰਦਾ ਜੇ ਤੇਰੇ ਚ ਮਰਦਾਂ ਵਾਲੇ ਗੁਣ ਆ, ਮੈਨੂੰ ਮੈਦਾਨ ਵਿੱਚ ਆ ਕਰਕੇ ਸਵਾਲ ਕਰ, ਮੈਦਾਨ ਵਿੱਚ ਆ ਕਰਕੇ ਮੇਰੇ ਸਵਾਲਾਂ ਦਾ ਜਵਾਬ ਦੇ। ਜੇਕਰ ਤੇਰੇ ਚ ਮਰਦਾਂ ਵਾਲੀ ਕੋਈ ਗੱਲ ਆ, ਵੀਡੀਓ ਤੇ ਨਾ ਬੋਲ, ਫਿਰ ਵਟਸਐਪ ਤੇ ਨਾ ਬੋਲ, ਫੇਸਬੁੱਕ ਤੇ ਨਾ ਬੋਲ, ਨੈਟ ਤੇ ਨਾ ਬੋਲ। ਜੇ ਤੇਰੇ ਕੋਲੇ ਮੇਰੇ ਸਵਾਲਾਂ ਦਾ ਜਵਾਬ ਹੈ ਨਾ, ਤੇ ਸੰਗਤ ਵਿੱਚ ਆ ਕਰਕੇ ਮੇਰੇ ਸਵਾਲਾਂ ਦਾ ਜਵਾਬ ਦੇ, ਜਿਹੜੇ ਤੇਰੇ ਸਵਾਲ ਆ। ਜੇ ਮੈਂ ਮਰਦ ਹੋਊਗਾ ਤੇ ਸੰਗਤ ਵਿੱਚ ਦੇਊਂਗਾ, ਅੰਦਰ ਵੜ ਕੇ ਵਟਸਐਪ ਤੇ ਕਦੇ ਨਹੀਂ ਬੋਲੂੰਗਾ। ਮਰਦਾਂ ਦਾ ਕੰਮ ਨਹੀਂ ਘੋਰਨੇ ਵਿੱਚ ਭਵਕੀਆਂ ਮਾਰੀ ਜਾਣੀਆਂ, ਮੈਦਾਨ ਵਿੱਚ ਆਉਣਾ ਨਾ। ਗੁਰਮੁਖੋ ਜਿਸ ਸ਼ਹੀਦ ਦੀ ਸ਼ਹੀਦੀ ਦੇ ਬਰਸੀ ਤੇ ਆਪਾਂ ਆਏ ਹਾਂ, ਇਹ ਮਰਦ ਸੀ, ਮਰਦਾਂ ਵਾਲੀ
ਇਹਦੀ ਜਿਹੜੀ ਰੂਹ ਆ ਨਾ ਮਰਦਾਂ ਵਿੱਚ ਪਰਵੇਸ਼ ਹੋਈ ਆ। ਗਦਾਰਾਂ ਦੀ ਰੂਹ ਹਮੇਸ਼ਾ ਵਾਸਤੇ ਗਦਾਰਾਂ ਵਿੱਚ ਪਰਵੇਸ਼ ਹੁੰਦੀ ਆ। ਮੈਂ ਆਪਣੇ ਵੱਲੋਂ ਇਸ ਪਰਿਵਾਰ ਦਾ ਕੋਟ ਕੋਟ ਧੰਨਵਾਦ ਕਰਦਾ, ਕਿਉਂਕਿ ਭਾਵ ਗੁਰਬਾਣੀ ਦੇ ਬਚਨ ਹਨ, ਭਨ ਜਨਨੀ ਜਿਨ ਜਾਇਆ, ਭਨ ਪਿਤਾ ਪ੍ਰਧਾਨ, ਉਹ ਮਾਤਾ ਧਨ, ਉਹ ਪਿਤਾ ਧਨ, ਉਹ ਦਾਦਾ ਧਨ, ਉਹ ਭੈਣ ਧਨ, ਇਹਨਾਂ ਦਾ ਸਰੀਕਾ ਕਬੀਲਾ ਸਾਰਾ ਧਨ, ਜਿਨ੍ਹਾਂ ਦੇ ਕੌਮ ਵਾਸਤੇ ਪਾਲ ਕਰਕੇ ਨੌਜਵਾਨ ਕਰਕੇ ਆਪਣਾ ਹੋਣਹਾਰ ਸੁਪੁੱਤਰ ਪੰਥ ਦੀ ਸੇਵਾ ਵਿੱਚ ਹਾਜ਼ਰ ਕੀਤਾ। ਮੈਂ ਆਪਣੇ ਵੱਲੋਂ ਪਰਿਵਾਰ ਦਾ, ਰਿਸ਼ਤੇਦਾਰਾਂ ਦਾ, ਪ੍ਰਬੰਧਕਾਂ ਦਾ, ਸੰਗਤਾਂ ਦਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਕਰਦਾ ਹੋਇਆ, ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਹੋਇਆ ਅਜਾਜ ਮੰਗਦਾ ਹੈ। ਮੇਰੇ ਤੋਂ ਬਾਅਦ ਸਤਿਕਾਰਯੋਗ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਜੀ ਦਾਦੂਵਾਲ, ਉਹਨਾਂ ਨੇ ਸੰਗਤਾਂ ਦੇ ਦਰਸ਼ਨ ਕਰਨੇ ਆ, ਭੁੱਲਾਂ ਚੁੱਕਾਂ ਦੀ ਖਿਮਾ। ਅਗਲੇ ਪ੍ਰੋਗਰਾਮ ਬਾਰੇ ਗੁਰਮੁਖਾਂ ਦੀ ਰਸਨਾ ਪਾਸੋਂ ਸਰਵਣ ਕਰੇਗੀ ਸਾਰੀ ਸੰਗਤ ਗੜੀ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਜੀ ਅਜਨਾਲਾ, ਜਿਨ੍ਹਾਂ ਨੇ ਨੰਗੇੜਾ ਸੰਘਰਸ਼ ਕੌਂਬਾ ਤੇ ਲੜਿਆ ਤੇ ਲੜ ਰਹੇ ਨੇ, ਸਰਸੇ ਵਾਲੇ ਦੇ ਖਿਲਾਫ ਜੋ ਪ੍ਰੋਗਰਾਮ ਹੋਏ ਮੈਂ ਵਿੱਚ ਜ਼ਿਕਰ ਕਰਾਂ, ਸਿੰਘ ਸਾਹਿਬ ਭਾਈ ਬਲਜੀਤ ਸਿੰਘ ਜੀ ਦਾਦੂਵਾਲ ਦਾ, ਜਿਨ੍ਹਾਂ ਨੇ ਬਾਜਾ ਖਾਨਾ ਮੋਗੇ ਦੇ ਲਾਗੇ ਪਿੰਡ ਆ ਬਾਜਾ ਖਾਨਾ, ਜਿੱਥੇ ਸਰਸੇ ਵਾਲੇ ਦੀਆਂ ਗੋਲੀਆਂ ਲਵਾਈਆਂ। ਕੌਮੀ ਯੋਧੇ ਨੇ ਜਿਹੜੇ ਕੌਂਬਾ ਤੇ ਲੜਦੇ ਤੇ ਮਰਦੇ ਨੇ। ਮੈਂ ਮਾਫੀ ਚਾਹੁੰਦਾ, ਅੱਕਾਂ ਵਾਲੀ ਪਿੰਡ ਸੀ ਜਿੱਥੇ ਸਰਸੇ ਵਾਲੇ ਉਹਨੂੰ ਸਾਧ ਨੂੰ ਪੁਜਾਰਿਆ ਸੀ। ਅੱਜ ਉਹ ਗਾਣੇ ਗਾਉਂਦਾ, ਕਈ ਕੁਝ ਕਰਦਾ, ਸਾਰਾ ਕੁਝ ਵੇਖ ਲਿਆ ਜੱਜ ਸਾਹਮਣੇ ਆ, ਤੇ ਉਹਨੇ ਉਹਦੇ ਪੈਰਾਂ 'ਚ ਡਿੱਗਿਆ ਜਾ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ, ਜਿਹਨੂੰ ਸਿੱਖ ਕੌਮ ਦੀ ਸਰਮਾਓ ਹਸਤੀ ਤੇ ਸੰਤ ਆਖਿਆ ਜਾਂਦਾ ਸੀ, ਕਦੇ ਸੀ ਪਰ ਅੱਜ ਉਹ ਖਤਮ ਹੋ ਗਈ ਆ। ਸੋ ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ, ਗੁਰੂ ਪਿਆਰੇ ਨੂੰ ਮੈਂ ਸੱਚ ਕਹਿਣ ਤੋਂ ਕਦੇ ਝਗਿਆ ਨਹੀਂ, ਭਾਵੇਂ ਹਸਤੀ ਮੇਰੀ ਬੜੀ ਛੋਟੀ ਆ, ਪਰ ਜਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆ ਜਾਈਏ ਤਾਂ ਸੱਚ ਕਹਿਣਾ ਚਾਹੀਦਾ। ਜਸਪਾਲ ਸਿੰਘ ਸ਼ਹੀਦ ਹੋਇਆ, ਜਸਪਾਲ ਸਿੰਘ ਦੀ ਲਾਸ਼, ਜਸਪਾਲ ਸਿੰਘ ਦੀ ਦੇਹ ਜਿਹੜੀ ਆ ਘਰ ਪਈ ਆ। ਸੰਤਾਂ ਬਜੇਦ ਹੋਈਆਂ ਕਿ ਜਿੰਨਾ ਚਿਰ ਉਹਨਾਂ ਜਾਨ ਨੂੰ ਅਫਸਰਾਂ ਤੇ ਪਰਚਾ ਨਹੀਂ ਹੁੰਦਾ, ਉਹਨਾਂ ਚਿਰ ਜਸਪਾਲ ਸਿੰਘ ਦਾ ਸੰਸਕਾਰ ਨਹੀਂ ਕੀਤਾ ਜਾਊਗਾ। ਇਸੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਆ ਬਾਬਾ ਰਣਜੀਤ ਸਿੰਘ ਢੱਡੀਆਂ ਵਾਲੇ ਨੇ ਆਖਿਆ ਸੀ ਕਿ ਸ਼ਹੀਦਾਂ ਸੰਸਕਾਰ ਕਰ ਦਿਓ, ਸਾਡੇ ਕੋਲ ਪਰਚਾ ਪਹੁੰਚ ਗਿਆ ਜੀ, ਉਹਨਾਂ ਤੇ ਪਰਚਾ ਹੋ ਗਿਆ। ਮੈਂ ਅੱਜ ਇਸ ਸਟੇਜ ਤੋਂ ਪੁੱਛਣਾ ਚਾਹੁੰਦਾ, ਕਿਉਂਕਿ ਉਸ ਸ਼ਹੀਦ ਦੀ ਸਟੇਜ ਤੇ ਅੱਜ ਅਸੀਂ ਖਲੋਤੇ ਹਾਂ, 5 ਸਾਲ ਹੋ ਗਏ ਯਾਰ ਸਾਡੇ ਵੀਰ ਨੂੰ ਸ਼ਹੀਦ ਹੋਇਆ ਨੂੰ, 5 ਸਾਲ ਹੋ ਗਏ ਨੇ। ਅਸੀਂ ਜੱਪ ਗਏ ਕਦੀ ਹਾਈ ਕੋਰਟ ਦੇ ਵਿੱਚ ਤੇ ਕਦੀ ਸੁਪਰੀਮ ਕੋਰਟ ਦੇ ਵਿੱਚ ਤੇ ਕਦੀ ਸੈਸ਼ਨ ਕੋਰਟ ਦੇ ਵਿੱਚ। ਸੁਪਰੀਮ ਕੋਰਟ ਤੇ ਜਾਂਦੇ ਹਾਂ, ਹਾਈ ਕੋਰਟ ਤੇ ਜਾਂਦੇ ਹਾਂ, ਉੱਥੋਂ ਇੱਕ ਲਫਾਫਾ ਬੰਦ ਰਿਪੋਰਟ ਜਿਹੜੀ ਆ ਸੀ ਜੀ ਐਮ ਦੇ ਪਹੁੰਚ ਜਾਂਦੀ ਹੈ। ਸੀ ਜੀ ਐਮ ਦੇ ਪੇਸ਼ ਹੋਣੇ ਕਹਿੰਦੇ ਜੀ ਅਸੀਂ ਇਹਦੀ ਸੁਣਵਾਈ ਨਹੀਂ ਕਰ ਸਕਦੇ, ਉੱਥੋਂ ਸਾਨੂੰ ਸੁਪਰੀਮ ਕੋਰਟ ਦੇ ਵਿੱਚ ਜਾਣਾ ਪੈਂਦਾ। 34 ਲੱਖ ਤੱਕ ਦਾ ਵਕੀਲ ਕੀਤਾ ਜਾਂਦਾ, 34 ਲੱਖ ਦਾ, ਕਿ ਤੂੰ ਇੰਨੇ ਪੈਸੇ ਲੜਾ ਤੇ ਸਿੰਘ ਦਾ ਕੇਸ ਲੜ। ਆਖਿਰਕਾਰ ਉਸ ਵਕੀਲ ਤੇ ਵੀ ਦਬਾਅ ਪੈਂਦਾ ਕਿ ਉਹ ਸਿੰਘ ਦਾ ਕੇਸ ਨਹੀਂ ਲੈਂਦਾ। ਸੁਪਰੀਮ ਕੋਰਟ ਦੇ ਵਿੱਚੋਂ ਵੀ ਇਸ ਪਰਿਵਾਰ ਨੂੰ ਸਾਨੂੰ ਉੱਥੋਂ ਨਿਰਾਸ਼ਾ ਮਿਲਦੀ ਹੈ ਤੇ ਵਾਪਸ ਆਉਂਦੇ ਹਾਂ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਉਸ ਸਟੇਜ ਦੇ ਉੱਤੇ ਕਹਿੰਦੇ ਸਨ ਕਿ ਪਰਚਾ ਹੋ ਗਿਆ, ਅਫਸਰਾਂ ਤੇ ਪਰਚਾ ਹੋ ਗਿਆ, ਉਹਨਾਂ ਕਾਤਲਾਂ ਤੇ ਅਫਸਰ ਪਰਚਾ ਹੋ ਗਿਆ, ਉਹ ਕਿੱਥੇ ਆ, ਕਿੱਥੇ ਆ? ਕਿਉਂ ਇਹਨਾਂ ਕੌਮੀ ਸ਼ਹੀਦਾਂ ਦੀ ਕੁਰਬਾਨੀ ਨੂੰ ਰੋਕਣ ਤੇ ਆਪਾਂ ਜ਼ੋਰ ਲਾਉਂਦੇ ਹਾਂ? ਜੇਕਰ 2 ਦਿਨ ਵੀ ਆਪਾਂ ਅੜ ਜਾਂਦਾ ਹੈ ਸ਼ਹੀਦਾਂ ਸੰਸਕਾਰ ਨਾ ਕਰਦੇ ਤੇ ਸਾਰੀਆਂ ਮੰਗਾਂ ਮੰਨੀਆਂ ਜਾਂਦੀਆਂ, ਅੱਜ ਇਸ ਪਰਿਵਾਰ ਨੂੰ ਅਦਾਲਤਾਂ ਦੀਆਂ ਠੋਕਰਾਂ ਨਾ ਖਾਣੀਆਂ ਪੈਂਦੀਆਂ। ਪਰ ਮੈਂ ਧੰਨਵਾਦ ਕਰਦਾ ਇਸ ਪਰਿਵਾਰ ਦਾ, ਨਾ ਇਹ ਪਰਿਵਾਰ ਵਿਕਿਆ, ਨਾ ਇਹ ਪਰਿਵਾਰ ਝੁਕਿਆ। ਸ਼ਹੀਦ ਦੇ ਪਿਤਾ ਦਾ ਇੱਕ ਦ੍ਰਿੜ ਇਰਾਦਾ ਹੈ ਕਿ ਜਿੰਨਾ ਚਿਰ ਮੇਰੇ ਪੁੱਤ ਦੀ ਕੁਰਬਾਨੀ ਦਾ ਮੈਂ ਬਦਲਾ ਨਹੀਂ ਲੈ ਲੈਂਦਾ, ਮੈਂ ਉਹਨਾਂ ਚਿਰ ਬਹਿਣਾ ਨਹੀਂ। ਚਾਹੇ ਸਾਰੀ ਜ਼ਮੀਨ ਦੀ ਗਵਾਈ ਲੱਗ ਜਾਏ, ਜ਼ਮੀਨ ਵਿਕ ਜਾਏ,
जो कुछ भी होगा शहीदी यादगार से ला दिता तो जा केस से ला दिता जिस परिवार वाला खड़ा है तो सिंह साहब भाई दलजीत सिंह जी दादू वाल जिन्होंने साथ नहीं छड़िया साडे सरकार जो श्रोमणी अकाली दल अमृतसर के प्रधान सरदार सिमरजीत सिंह जी मान जेडे डाटिया खलोटन ने उन्होंने जथेबंदी के सिंह ने जिन्होंने अगुवाई दी है भाई सतनाम सिंह जी गुरदासपुर के सहरी प्रधान जेडे सिंह जथेबंदियां परिवार नाल तुरिया हुई ने मैं उन्होंने धन्यवाद करता है पर जेडे इतने कह के गए शहीदी जाग में गेट बनेगा टिप्पणी करी जाने भाई पचित्र सिंह वर्गी शहादत जी हाथी के तवा नागनी मार के तवा पारिया हाथी के मथे च लंघ गई उसके आप टिप्पणी करते हैं सरोवर के जलों अपना पानी कह दें इस गल जो दावा करते गुरु ग्रंथ साहब तो सवाल मानते किसी को नहीं तो मैं पूछना चाहता हाँ कि गुरु ग्रंथ साहब ने सिर्फ गुरु ग्रंथ साहब की जुड़ी झूठ पाने होंगे सात संघ जी ये गल बनती है मैं अच्छे के झूठ बोल के चले जावा मैं किसी से बंदा भी नहीं कहना गुरु का सिख ने की सो इस परिवार का साथ नहीं है संघासा किया होगा दवाइया होनी ने शहीद परिवार के मोडे मोडा ला के तुर के अपनी जी कौम शहीद होए ने उन्होंने कातलों सजा दवा सकी नहीं तो 84 तो लैके हूं तक हजार केस अदालतों से रोलते पे ने एक यह भी केस कि अदालतों च ना रुल जाए तो जोड़ा बादलों ने पाप किया बदला ला नहीं सकी सो मैं बेनती करा सिंह साहब भाई बलजीत सिंह जी दादूवाल स्टेज पर आन संगत के सामू हो मैं समा हो पासे लाना चाहता सिंह साहब ने जाना है भाई अमरीक सिंह होना भी जाना सिंह साहब भाई बलजीत सिंह जी दादूवाल बड़िया मजबूरिया ने सवेर से आए हुए हैं साढ़े नगर गए थे जिसे सुचा सिंह लगा ने एक पीर की मड़ी से खंड पाठ करा के सिंह के नाल झगड़ा करवाया पिंड वालों का एक मार्च में साढ़े सियां सिंह के परचे हुए थे सिंह साहब के ध्यान में आए वो साढ़े नगर गए थे साड़िया जमानत कल हुई ने अजे असी जिहड़ियां जमानत हुई अठ जज तो लैके थाने पेश होना है सो इस करके सिंह साहब लेट हुए उन्होंने अगे जाना पर मैं बेनती करा कि गुरु नानक देव की बाणी वाल चले जाइए कई कहते गुरु नानक देव पातशाह ने बड़ा प्रचार किया असं भी मानते हैं उन्होंने संघर्ष नहीं लड़िया सब तो ज्यादा संघर्ष गुरु नानक देव पातशाह जी ने किया यह भजन गुरु नानक साहब ने लड़े ने जाओ तो प्रेम खेलन का चाओ सिर धर वाली गली मुरी आओ एक मार्ग पार करीदा सिर दीजा कारना कीता ये गुरु नानक साहब के वचन ने भगत कबीर साहब जी एक महान संत सन जिन्होंने यह गल गुरनामा बाजे पर निशाना घाओ खेत जो मांगे सुरमा बजूजन पोता हो कि असं अपने ऐशो आराम में पाए गए आप सिंघी सिद्धांत को तिलांजलि दे दईए अपना ऐशो आराम में जीए जिस गुरु के आसे सानू महल मिले जिस गुरु ने महल मनारियां दित्तियां आपां कम से कम उस गुरु की शान ते बरकरार रख सकीए साडे विच इक दुखांत चलदा पिआ साडी नौजवानी पक्त हो गई 10 साल बादलां ने साडे पंजाब दे विच चिट्टा वरताया 10 साल उन्होंने चिट्टा वरताया पंजाब दे विच ते अज नौजवानी खत्म हो गई जे नौजवानी खत्म किया तो बादलों के पाप की राज की जड़ भी पुटी गई है मैं बेनती करा सिंह साहब जी मैं आप जी आओ स्टेज उत्ते सो गुरु प्यार कौम वास्ते जिन्ना को आप कर सकी योगदान पाई है जेडे सिंह गुरु सरन गुरु ग्रंथ साहब सत्कार वास्ते लड़ते पाए ने उन्हों का सहयोग करिए उन्होंने नाल मोटे नाल मोटा ला के चलीए साडे विच दुर्धा ना पवे असी दुर्धा के शिकार ना होइए पक्त पुणे तो जवानी को बचा के आप सिखी सरूप के लड़ ला दईए सो मैं माफी करना भाई करनैल सिंह जी पीर भगत तो कि उन्होंने मैं समा देना सी पर सिंह साहब ने भी जाना जरूरी है इन्होंने तो बाद सिंह साहब तो
ਸਕਾਲਰਸ਼ਿਪ ਜਿਹੜੀ ਸਿੰਘ ਭਾਈ ਕਰਨੈਲ ਸਿੰਘ ਜੀ ਪੀਰ ਮੁਹੰਮਦ ਹਰ ਸਾਲ ਲੈ ਕੇ ਆਉਂਦੇ ਨੇ ਉਹ ਬੱਚਿਆਂ ਨੂੰ ਦਿੱਤੀ ਜਾਊਗੀ। ਸੋ ਹੁਣ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਜੀ ਦਾਦੂਵਾਲ ਆਦਿ ਦੇ ਸਨਮੁੱਖ ਹੋ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅਮਰ ਸ਼ਹੀਦ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਮੇਰੀ ਉਹ ਮਤਾਓ ਭੈਣੋ, ਗੱਜ ਕੇ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਹਾਨ ਸ਼ਹੀਦ ਭਾਈ ਜਸਪਾਲ ਸਿੰਘ ਜੀ ਦੀ 5ਵੀਂ ਬਰਸੀ ਤੇ ਆਪਾਂ ਇੱਥੇ ਜੁੜ ਬੈਠੇ ਹਾਂ। ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਦਾਦੂਵਾਲ ਸਰਬੱਤ ਖਾਲਸਾ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰ ਦਮਦਮਾ ਸਾਹਿਬ, ਉਹਨਾਂ ਨੇ ਕੀਰਤਨ ਦੁਆਰਾ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਹੈ, ਗੁਰਬਾਣੀ ਨਾਲ ਆਪ ਜੀ ਨੂੰ ਜੋੜਨਾ ਹੈ। ਸੋ ਮੈਂ ਸਿਰਫ 2 ਮਿੰਟ ਵਿੱਚ ਸਕਾਲਰਸ਼ਿਪ ਜਿਹੜੀ ਸ਼ੁਰੂ ਕੀਤੀ ਗਈ ਸੀ ਉਸ ਵੇਲੇ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਅਸਾਂ ਬੇਨਤੀ ਕੀਤੀ ਸੀ ਕਿ ਸਟੇਜ ਤੋਂ ਅਨਾਊਂਸ ਕਰੋ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਬੇਅੰਤ ਇੰਜੀਨੀਅਰਿੰਗ ਕਾਲਜ ਔਰ ਟੈਕਨੋਲੋਜੀ ਜਿੱਥੇ ਪੜ੍ਹਦਾ ਸੀ ਸ਼ਹੀਦ ਜਸਪਾਲ ਸਿੰਘ, ਉੱਥੋਂ ਦੇ ਇੱਕ ਵਿਦਿਆਰਥੀ ਨੂੰ ਤੇ ਪੰਜਾਬ ਤੋਂ ਜਿਹੜੇ ਗੁਰਸਿੱਖ ਨੇ, ਜਿਹੜੇ ਲੋੜਵੰਦ ਨੇ ਵਿਦਿਆਰਥੀ, ਉਹਨਾਂ ਨੂੰ 11,000 ਰੁਪਏ ਦੀ ਹਰ ਬਰਸੀ ਦੇ ਉੱਪਰ ਜੋ ਸਕਾਲਰਸ਼ਿਪ ਦਿੱਤੀ ਜਾਵੇਗੀ। ਸੋ ਗੁਰੂ ਦੀ ਅਪਾਰ ਬਖਸ਼ਿਸ਼ ਹੈ ਕਿ 5ਵੀਂ ਬਰਸੀ ਤੱਕ ਅਸੀਂ ਆਪਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਐਲਾਨ ਕੀਤਾ ਸੀ, ਵਾਅਦਾ ਕੀਤਾ ਸੀ, ਬੇਨਤੀ ਕੀਤੀ ਸੀ, ਉਹ ਨਿਰਵਿਘਨ ਚੱਲ ਰਹੀ ਹੈ। 3 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ, ਲੇਕਿਨ ਪਰਿਵਾਰ ਵੱਲੋਂ ਮੇਰੇ ਸਤਿਕਾਰਯੋਗ ਵੀਰ ਸਰਦਾਰ ਗੁਰਚਰਨਜੀਤ ਸਿੰਘ ਜੀ ਹੋਰਾਂ ਨੇ ਕਿਹਾ ਕਿ ਇਸ ਵਾਰ 2 ਸਟੂਡੈਂਟਸ ਜਿਹੜੇ ਨੇ ਉਹ ਅਸੀਂ ਇੱਥੋਂ ਕੀਤੇ ਨੇ, ਜਿਨ੍ਹਾਂ ਨੂੰ ਤੁਸੀਂ ਜ਼ਰੂਰ ਕਰੋ। ਸੋ ਇਸ ਵਾਰ 4 ਸਟੂਡੈਂਟਸ ਨੂੰ 11,000 ਰੁਪਏ ਦੀ ਜਿਹੜੀ ਸਕਾਲਰਸ਼ਿਪ ਹੈ ਉਹ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਸੋ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਸਟੂਡੈਂਟਸ ਨੇ, ਇੱਕ ਲੜਕੀ ਜਿਹੜੀ ਹੈ ਪ੍ਰਭਜੋਤਨ ਕੌਰ, ਕਿਉਂਕਿ ਉਸਦੇ ਐਗਜ਼ਾਮ ਚੱਲ ਰਹੇ ਨੇ ਉਹ ਇੱਥੇ ਨਹੀਂ ਪਹੁੰਚੀ, ਬਾਕੀ 3 ਸਟੂਡੈਂਟਸ ਜਿਹੜੇ ਨੇ ਉਹ ਆ ਗਏ। ਔਰ ਮੈਂ ਬੇਨਤੀ ਕਰਾਂਗਾ ਮਾਤਾ ਜੀ ਨੂੰ, ਭਾਈ ਜਸਪਾਲ ਸਿੰਘ ਜੀ ਦੇ ਔਰ ਉਹਨਾਂ ਦੇ ਦਾਦਾ ਜੀ ਔਰ ਉਹਨਾਂ ਦੇ ਪਿਤਾ ਜੀ ਉਹ ਵੀ ਨਾਲ ਆਉਣ, ਔਰ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਨਾਲ ਹੋ ਕੇ ਇਹ ਜਿਹੜੇ ਸਕਾਲਰਸ਼ਿਪ ਹੈ ਇਹ ਆਪਾਂ ਵਿਦਿਆਰਥੀਆਂ ਨੂੰ ਦੇਈਏ। ਔਰ ਮੈਂ ਬੇਨਤੀ ਕਰਾਂਗਾ ਕਿ ਅੱਜ ਖਾਲਸਾ ਪੰਥ ਦੇ ਅੰਦਰ ਜੋ ਵਾਦ ਵਿਵਾਦ ਚੱਲ ਰਿਹਾ ਹੈ ਉਸ ਵਾਦ ਵਿੱਚ ਸਿਰਫ ਮੇਰੀ ਇੱਕੋ ਹੀ ਬੇਨਤੀ ਹੈ ਕਿ ਕਿਤੇ ਸ਼ੀਆ ਤੇ ਸੁੰਨੀ ਮੁਸਲਮਾਨਾਂ ਵਾਂਗ ਅਸੀਂ ਵੀ ਇੰਨੇ ਨੂੰ ਮੰਨੇ ਨਾ ਜਾਈਏ ਕਿ ਹਰ ਇੱਕ ਦੇ ਚਿਹਰੇ ਮੋਹਰੇ ਦੇ ਉੱਪਰ ਦਾੜੀ ਵੀ ਹੈ, ਕੇਸ ਵੀ ਹੈ, ਸੋਹਣੀਆਂ ਦਸਤਾਰਾਂ ਵੀ ਨੇ ਔਰ ਗਾਤਰੇ ਵੀ ਨੇ, ਲੇਕਿਨ ਇੱਥੇ ਜਿਹੜੇ ਹਾਲਾਤ ਬਣ ਰਹੇ ਨੇ, ਜਿਸ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ, ਵਟਸਐਪ ਦੇ ਉੱਪਰ ਵਾਇਰਲ ਹੋ ਰਹੀਆਂ ਨੇ, ਔਰ ਇੱਕ ਦੂਸਰੇ ਨੂੰ ਇੰਨੇ ਨੀਵੇਂ ਪੱਧਰ ਦੀ ਭਾਸ਼ਾ ਦੇ ਵਿੱਚ ਬੋਲਿਆ ਜਾ ਰਿਹਾ ਹੈ, ਉਸ ਦੇ ਨਾਲ ਆਉਣ ਵਾਲਾ ਸਮਾਂ ਜਿਹੜਾ ਹੈ ਆ ਤੁਹਾਡੇ ਲਾਗੇ ਅਹਿਮਦੀਆ ਭਾਈਚਾਰਾ ਕਾਦੀਆਂ ਦੇ ਵਿੱਚ ਬੈਠਾ ਹੈ, ਲੇਕਿਨ 70 ਮੁਲਕਾਂ ਤੋਂ ਕਹਿੰਦੇ ਨੇ ਕਿ ਲੋਕ ਉਹਨਾਂ ਦੇ ਨਾਲ ਜੁੜੇ ਨੇ। ਇੱਕ ਵਾਰ ਮੈਂ ਵੀ ਫੰਕਸ਼ਨ ਅਟੈਂਡ ਕੀਤਾ ਸੀ, ਲੇਕਿਨ ਜਿਹੜਾ ਉਹਨਾਂ ਦਾ ਮੁਸਲਮਾਨ ਭਾਈਚਾਰਾ ਹੈ ਉਹ ਉਹਨਾਂ ਨੂੰ ਗਦਾਰ ਵੀ ਕਹਿੰਦਾ ਹੈ। ਸੋ ਇੰਨੀ ਨਫ਼ਰਤ ਵਾਲਾ ਮਾਹੌਲ ਉਸ ਭਾਈਚਾਰੇ ਦੇ ਵਿੱਚ ਅੱਜ ਬਣਿਆ ਹੋਇਆ ਹੈ ਤੇ ਅਲੱਗ ਅਲੱਗ ਉਹ ਵਿਚਰ ਰਹੇ ਨੇ। ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਪੀਵੋ ਪੌਲ ਖੰਡੇ ਧਾਰ ਹੋਏ ਜਨਮ ਸਹੇਲਾ, ਔਰ ਆਪਣੇ ਮਨ ਦੇ ਵਿੱਚ ਆਪਣੇ ਵਿਚਾਰਾਂ ਦੇ ਵਿੱਚ ਨਿਮਰਤਾ ਤੇ ਸਤਿਕਾਰ, ਮੈਂ ਸਮਝਣਾ ਇਹ ਜਿਹੜਾ ਸਾਨੂੰ
ਸੁਖਪਾਲ ਸਿੰਘ ਵਰਗੇ ਵੀਰ ਸਪੁੱਤਰ ਆਪਣੇ ਮਾਪਿਆਂ ਦੇ ਜਿਹੜੇ ਸਰਕਾਰਾਂ ਨੇ ਸਾਡੇ ਕੋਲੋਂ ਖੋਹ ਲਏ ਉਹਨਾਂ ਨੂੰ ਆਪਾਂ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹੋ ਦਈਏ ਕਿ ਪ੍ਰਣ ਕਰਕੇ ਕਹੀਏ ਜਾਈਏ ਕਿ ਘੱਟੋ ਘੱਟ ਜਿਹੜਾ ਵੀ ਸਿੱਖ ਸਾਨੂੰ ਸਾਹਮਣੇ ਤੋਂ ਮਿਲਦਾ ਹੈ ਉਹਨੂੰ ਮੱਥੇ ਤੇ ਤਿਉੜੀ ਪਾ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦੇਣ ਤੋਂ ਗੁਰੇਜ਼ ਨਾ ਕਰੀਏ। ਘੱਟੋ ਘੱਟ ਇੰਨੀ ਨੂੰ ਸਾਂਝ ਸਿੱਖ ਨੂੰ ਸਿੱਖ ਦੇ ਵਿੱਚ ਰਹਿਣੀ ਜਿਹੜੀ ਬੜੀ ਜ਼ਰੂਰੀ ਹੈ ਇਹੋ ਹੀ ਬੇਨਤੀਆਂ ਕਰਦਾ ਹੋਇਆ ਦਾਸ ਕਿਵਾਂ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰਦਾਰ ਗਿਆਨ ਸਿੰਘ ਜੀ, ਸਰਦਾਰ ਗੁਰਚਰਨਜੀਤ ਸਿੰਘ ਜੀ, ਬੀਬੀ ਮਨਜੀਤ ਕੌਰ ਜੀ ਔਰ ਬਾਬਾ ਬਲਜੀਤ ਸਿੰਘ ਜੀ, ਹੁਣ ਤਾਂ ਇਸ ਗੱਲ ਤੋਂ ਵੀ ਡਰ ਲੱਗਦਾ ਬਾਬਾ ਕਹੀਏ, ਸੰਤ ਕਹੀਏ, ਭਾਈ ਕਹੀਏ, ਇਹ ਜਿਹੜੇ ਆਪਾਂ ਇਹਨਾਂ ਸ਼ਬਦਾਂ ਦੇ ਅਰਥ ਵੀ ਜਿਹੜੇ ਅਲੱਗ ਅਲੱਗ ਕੱਢਣ ਲੱਗ ਪਏ ਹਾਂ। ਸੋ ਅੱਜ ਦਾ ਜਿਹੜਾ ਮਾਹੌਲ ਹੈ ਬਹੁਤ ਦੁੱਖ ਵਾਲਾ, ਇਸ ਤਰ੍ਹਾਂ ਦਾ ਕਿ ਇੱਕ ਪਾਸੇ ਹਕੂਮਤ ਉਹ ਕਹਿ ਰਹੇ ਨੇ ਕਿ 2020 ਦੇ ਵਿੱਚ ਅਸੀਂ ਹਿੰਦੂ ਰਾਸ਼ਟਰ ਬਣਾ ਦੇਣਾ, ਅਸੀਂ ਕਹਿੰਦੇ ਹਾਂ 2020 ਦੇ ਵਿੱਚ ਖਾਲਿਸਤਾਨ ਬਣਾ ਦੇਣਾ। ਅਸੀਂ ਰੈਫਰੈਂਡਮ ਦੀ ਗੱਲ ਕਰ ਰਹੇ ਹਾਂ, ਖਾਲਿਸਤਾਨ ਦੀ ਗੱਲ ਕਰ ਰਹੇ ਹਾਂ, ਉਹ ਹਿੰਦੂ ਰਾਸ਼ਟਰ ਦੀ ਗੱਲ ਕਰ ਰਹੇ ਨੇ। ਉਹ ਕਹਿੰਦੇ ਆ ਜਿਹੜੀ ਸ਼ਿਵ ਸੈਨਾ ਦੇ ਨਾਲ ਪੰਗਾ ਪਿਆ ਸੀ ਉਸ ਦਾ ਜਿਹੜਾ ਮੁਖੀ ਉਹਨੂੰ ਰਾਸ਼ਟਰਪਤੀ ਬਣਾ ਦਿਓ ਤਾਂ ਕਿ ਹਿੰਦੂ ਰਾਸ਼ਟਰ ਆਪਣੇ ਆਪ ਬਣ ਜਾਏਗਾ। ਸੋ ਅਜਿਹੇ ਹਾਲਾਤਾਂ ਦੇ ਵਿੱਚੋਂ ਕੌਮ ਗੁਜ਼ਰ ਰਹੀ ਹੈ। ਸੋ ਬੇਨਤੀ ਹੈ ਕਿ ਇਹ ਜਿਹੜਾ 4 ਸਟੂਡੈਂਟਸ ਨੇ, ਰਮਨਦੀਪ ਕੌਰ, ਰਮਨਦੀਪ ਸਿੰਘ, ਸਨ ਆਫ ਸਰਦਾਰ ਜੋਗਿੰਦਰ ਸਿੰਘ, ਇਹ ਸੁਖਮੰਤਲ ਕੌਰ ਸੀਨੀਅਰ ਸੈਕੰਡਰੀ ਸਕੂਲ ਮਨਸੋਲਾ, ਇਹ ਨਾਨ ਮੈਡੀਕਲ ਪਲੱਸ 2 ਦਾ ਵਿਦਿਆਰਥੀ ਹੈ। ਇਸੇ ਤਰ੍ਹਾਂ ਸੁਵੇਤਾ, ਸਨ ਆਫ ਪ੍ਰਦੀਪ ਕੁਮਾਰ, ਬੀ ਟੈਕ ਵਿਦਿਆਰਥਨ, ਬੇਅੰਤ ਇੰਜੀਨੀਅਰਿੰਗ ਕਾਲਜ ਐਂਡ ਟੈਕਨੋਲੋਜੀ ਗੁਰਦਾਸਪੁਰ, ਪ੍ਰਭ ਜੋਗਨ ਕੌਰ, ਸਨ ਆਫ ਸਰਦਾਰ ਕਾਰਜ ਸਿੰਘ, ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਜਿਹੜੀ ਕਿ ਹੁਣ ਖਾਲਸਾ ਯੂਨੀਵਰਸਿਟੀ ਬਣਾ ਦਿੱਤੀ ਗਈ ਹੈ, ਉੱਥੇ BSc ਐਗਰੀਕਲਚਰ ਦੀ ਵਿਦਿਆਰਥਣ ਨੇ ਗੁਰਮੀਤ ਕੌਰ, ਸਨ ਆਫ ਸਰਦਾਰ ਕਾਬਲ ਸਿੰਘ, ਦੇਵ ਸਮਾਜ ਕਾਲਜ ਫਿਰੋਜ਼ਪੁਰ, MSc ਦੀ ਇਹ ਹੈਲਥ ਕੇਅਰ ਦੇ ਵਿੱਚ ਕਰ ਰਹੀ ਹੈ। ਸੋ ਇਹ ਜਿਹੜੇ ਸਟੂਡੈਂਟਸ ਨੇ ਇਹਨਾਂ ਨੂੰ ਜੋ ਸਾਡੇ ਸਤਿਕਾਰਯੋਗ ਸਰਦਾਰ ਗਿਆਨ ਸਿੰਘ ਜੀ, ਬੀਬੀ ਮਨਜੀਤ ਕੌਰ ਜੀ, ਸਰਦਾਰ ਗੁਰਚਰਨਜੀਤ ਸਿੰਘ ਜੀ, ਇਹ ਉਹਨਾਂ ਨੂੰ ਚੈੱਕ ਦੇ ਕੇ ਸਨਮਾਨਿਤ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਧਾ ਕਰ ਲਓ ਚੱਲ। ਰਮਨਦੀਪ ਸਿੰਘ, ਰਮਨਦੀਪ ਸਿੰਘ ਉਹਨਾਂ ਨੂੰ ਬੇਨਤੀ ਹੈ ਕਿ ਉਹ ਇੱਥੇ ਆ ਜਾਣ ਸਟੇਜ ਤੇ। ਬੋਲੇ ਸੋਨਾ